ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਸਿੱਖ ਰਿਲੀਫ ਦੀ ਇਸ ਵੀਕਲੀ ਅਪਡੇਟ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਿੱਖ ਰਿਲੀਫ ਇੱਕ ਇਹੋ ਜਿਹੀ ਸੰਸਥਾ ਹੈ ਜੋ ਕਿ ਜਿਹੜੇ ਸਿੰਘ ਫੜੇ ਗਏ ਸੀ ਜਾਂ ਬਿਨਾਂ ਵਜ੍ਹਾ ਜੇਲ੍ਹਾਂ ਦੇ ਵਿੱਚ ਪਾਏ ਗਏ ਸੀ ਉਹਨਾਂ ਦੀ ਮਦਦ ਕਰਦੀ ਹੈ, ਉਹਨਾਂ ਦੀ ਲੀਗਲ ਕੇਸ ਲੜਦੀ ਹੈ, ਉਹਨਾਂ ਲਈ ਜੋ ਜਦੋਂ ਬਾਹਰ ਵੀ ਆ ਜਾਂਦੇ ਨੇ ਅਤੇ ਉਹਨਾਂ ਦੀ ਜੋ ਜੀਵਨ ਉਹਨਾਂ ਦਾ ਸੌਖਾ ਕਰਨ ਦੇ ਲਈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਹੈ ਅਤੇ ਉਹਨਾਂ ਦੀ ਫੈਮਿਲੀ ਵੀ ਸਾਂਭਦੀ ਹੈ। ਜਿੱਦਾਂ ਕਿ ਆਪਾਂ ਪਿੱਛੇ ਜੇ ਹਰ ਹਫ਼ਤੇ ਆਪਾਂ ਦੇਖਦੇ ਹੀ ਹਾਂ ਕਿੰਨੀ ਸੇਵਾ ਕੀਤੀ ਜਾਂਦੀ ਹੈ ਸਿੱਖ ਰਿਲੀਫ ਵੱਲੋਂ, ਅਤੇ ਉਹਦੇ ਬਾਰੇ ਆਪਾਂ ਹਰ ਹਫ਼ਤੇ ਤੁਹਾਨੂੰ ਜੋ ਅਪਡੇਟ ਦਿੰਦੇ ਹਾਂ ਉਹਦੀ ਅਪਡੇਟ ਦੇਣ ਦੇ ਲਈ ਸਾਡੇ ਨਾਲ ਸੁਖਵਿੰਦਰ ਕੌਰ ਜੀ ਜੁੜੇ ਨੇ। ਆਪਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਕੌਰ ਜੀ, ਪਹਿਲਾਂ ਤਾਂ ਦੱਸੋ ਤੁਹਾਡਾ ਕੀ ਹਾਲ ਚਾਲ? ਵਧੀਆ ਜੀ, ਚੜ੍ਹਦੀ ਕਲਾ ਸੰਗਤ ਤੁਹਾਨੂੰ ਸੇਵਾ ਦਿੰਦੀਆਂ ਨੇ, ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਜੀ। ਜੀ ਤੇ ਬਲਬੀਰ ਸਿੰਘ ਜੀ ਦਾ? ਹਾਂਜੀ ਦੇ ਫੀਲਿੰਗ ਵਿੱਚ ਬੈਠਾ। ਹਾਂਜੀ ਹਰ ਸਾਨੂੰ ਹਾਲੇ ਤੱਕ ਵੀ ਕਈ ਕਾਲ ਆਉਂਦੇ, ਮੈਨੂੰ ਪਤਾ ਸਾਥ ਜਾਂਗੇ ਜੀ, ਤੁਸੀਂ ਕਾਫੀ ਬਲਬੀਰ ਸਿੰਘ ਨੂੰ ਮਿਸ ਕਰਦੇ ਹੋ, ਸਾਡੀ ਟੁੱਟੀ ਫੁੱਟੀ ਪੰਜਾਬੀ ਤੁਹਾਨੂੰ ਸੁਣਨੀ ਪੈਂਦੀ ਹੈ ਸਾਥ ਜੰਗ ਦੀ, ਅਸੀਂ ਤੁਹਾਡੇ ਵੱਲੋਂ ਮਾਫੀ ਚਾਹੁੰਦੇ ਆ। ਅਸੀਂ ਵੀ ਅਰਦਾਸ ਕਰਦੇ ਹਾਂ ਵੀ ਜਲਦ ਤੋਂ ਜਲਦ ਬਲਬੀਰ ਸਿੰਘ ਸਾਡੇ ਨਾਲ ਇੱਥੇ ਸੋਫੇ ਤੇ ਆਉਣ ਵਾਪਸ, ਤੇ ਉਹਨਾਂ ਦੀ ਰਿਕਵਰੀ ਵਧੀਆ ਤਰੀਕੇ ਨਾਲ ਜਾਏ ਜਾਂਦੀ ਹੈ, ਉਹਦਾ ਟਾਈਮ ਲੱਗੂਗਾ। ਅਸੀਂ ਜਿਹੜਾ ਪਿਛਲੇ ਹਫ਼ਤੇ ਦੱਸਿਆ ਸੀ ਉਹਨਾਂ ਨੇ, ਡਾਕਟਰ ਨੇ ਕਿਹਾ ਵੀ ਉਹਦੀ ਨੈਕ ਬ੍ਰੇਸ ਲਾ ਸਕਦੇ ਆ ਤੇ ਬਸ ਕਾਲਰ ਪਾ ਕੇ ਉਹਨੂੰ ਥੋੜੀ ਜਿਹੀ ਮੋਬਿਲਿਟੀ ਦਾ ਮਹਿਸੂਸ ਹੋਊਗਾ ਵੀ ਉਹ ਬਾਹਰ ਜਾ ਸਕਦੇ ਨੇ, ਉਹ ਜਿਹਦਾ ਗੱਡੀ ਚਲਾ ਸਕਦੇ ਨੇ। ਅਦਮ ਜਿਹਦਾ ਉਹਨਾਂ ਨੂੰ ਘਰੇ ਰਹਿਣਾ ਪੈਂਦਾ, ਫਿਰ ਉਹ ਕਾਫੀ ਜਿੱਦਾਂ ਨਾ ਬਾਹਰ ਦੀ ਦੁਨੀਆਂ ਨੂੰ ਮਿਸ ਕਰਦੇ ਹਨ। ਬਿਲਕੁਲ ਬਿਲਕੁਲ, ਵੈਸੇ ਅੱਜ ਕੱਲ ਤੇ ਕਹੋ ਇੰਟਰਨੈਟ ਨਾਲ ਇਨਫੋਰਮੇਸ਼ਨ ਖਬਰ ਤੇ ਮਿਲ ਜਾਂਦੀ, ਪਰ ਉਹ ਫੀਲਿੰਗ ਨਹੀਂ ਆਉਂਦੀ ਜੋ ਬਾਹਰ ਜਾ ਕੇ ਆਉਂਦੀ ਹੈ। ਹਾਂਜੀ ਆਫ ਕੋਰਸ। ਤੇ ਐਸੇ ਹਫਤੇ ਦੀਆਂ ਆਪਾਂ ਜੇ ਅਪਡੇਟਸ ਬਾਰੇ ਵਧੀਆ ਥੋੜਾ ਜਿਹਾ ਕੀ ਦੱਸਣਾ ਚਾਹੋਗੇ ਸੰਗਤਾਂ ਨੂੰ? ਸਤਸੰਗ ਜੀ, ਇੱਕ ਬਹੁਤ ਜ਼ਰੂਰੀ ਅਪਡੇਟ ਅਸੀਂ ਤੁਹਾਨੂੰ ਥੋੜੀ ਜਾਣਕਾਰੀ ਵਿੱਚ ਲੈਣਾ ਚਾਹੁੰਦੇ ਨੇ ਕਿ ਜੋ ਸਾਡੇ ਸਿੱਖ ਰਿਲੀਫ ਦੇ ਬੈਂਕ ਅਕਾਊਂਟ ਨੇ, ਅਸੀਂ ਕਈ ਸਾਲਾਂ ਤੋਂ ਅਸੀਂ HSBC ਦੀ ਬੈਂਕ ਸਰਵਿਸ ਦੇ ਨਾਲ ਅਸੀਂ ਆਪਣੀ ਸਾਰੀ ਚੈਰਿਟੀ ਦਾ ਕੰਮ ਚਲਾਉਂਦੇ ਹਾਂ, ਪਰ ਕਈ ਮਹੀਨਿਆਂ ਵਿੱਚ ਅਸੀਂ ਸਾਨੂੰ ਕਾਫੀ ਡਿਫੀਕਲਟੀਜ਼ ਆਏ ਹਾਂ HSBC ਨਾਲ ਕੰਮ ਕਰਕੇ, ਸਾਨੂੰ ਮੁਸ਼ਕਿਲਾਂ ਵੀ ਬਹੁਤ ਆਉਂਦੀਆਂ ਆ, ਤੇ ਜਿੱਦਾਂ ਪੈਸਿਆਂ ਨੂੰ ਜਿੱਦਾਂ ਮੂਵ ਕਰਨ ਨੂੰ ਸਹੀ ਜਗ੍ਹਾ ਪਹੁੰਚਣ ਨੂੰ ਸਾਨੂੰ ਟਾਈਮ ਬਹੁਤ ਲੱਗਦਾ ਸੀ। ਫਿਰ ਅਸੀਂ ਕਈ ਮਹੀਨਿਆਂ ਤੋਂ ਵਿਚਾਰ ਕਰਕੇ ਅਸੀਂ ਹੁਣ ਆਪਣਾ ਅਗਲੇ ਹਫ਼ਤੇ ਅਸੀਂ ਸਾਡਾ ਅਕਾਊਂਟ ਬਦਲਣਾ ਆ। ਫਿਰ ਸਤਸੰਗ ਜੀ, ਇਹ ਬਹੁਤ ਜ਼ਰੂਰੀ ਹੈ, ਜੇ ਤੁਸੀਂ ਕੋਈ ਵੀ ਨੇ ਸਟੈਂਡਿੰਗ ਆਰਡਰ ਜਾਂ ਡਾਇਰੈਕਟ ਡੈਬਿਟ ਸੈੱਟ ਕੀਤਾ ਹੋਇਆ ਹੈ, ਉਹ ਫਿਰ ਪਿਛਲੇ ਹਫ਼ਤੇ ਅਸੀਂ ਤੁਹਾਨੂੰ ਨਵੀਂ ਅਕਾਊਂਟ ਡੀਟੇਲਸ ਦੇਣਾ ਅਸੀਂ ਤੁਹਾਨੂੰ ਦੇਵਾਂਗੇ, ਤੇ ਉਹ ਪਲੀਜ਼ ਤੁਸੀਂ ਜਾ ਕੇ ਆਪਣੇ ਬੈਂਕ ਅਕਾਊਂਟ ਵਿੱਚ ਤੁਸੀਂ ਅਪਡੇਟ ਕਰਾਵੋ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਈ, ਤੁਹਾਨੂੰ ਕੋਈ ਕਨਫਿਊਜ਼ਨ ਆ, ਜੇ ਤੁਹਾਨੂੰ ਕੋਈ ਇਸ ਮਸਲੇ ਵਿੱਚ ਮਦਦ ਚਾਹੀਦੀ ਹੈ, ਪਲੀਜ਼ ਸਾਡੇ ਹੇਠਾਂ ਲਿਖੇ ਹੋਏ ਨੰਬਰ ਤੇ ਸੰਪਰਕ ਕਰੋ, ਤੇ ਅਸੀਂ ਤੁਹਾਨੂੰ ਮਦਦ ਦੇਣਾ ਅਸੀਂ ਤੁਹਾਨੂੰ ਮਦਦ ਵੀ ਦੇ ਸਕਦੇ ਹਾਂ ਸਤਸੰਗ ਜੀ। ਹੁਣ ਜਿਹੜੇ ਜਿੰਨੇ ਵੀ ਡਾਇਰੈਕਟ ਡੈਬਿਟ ਨਵੇਂ ਅਕਾਊਂਟ ਤੇ ਕਰਨੇ ਪੈਣਗੇ? ਹਾਂਜੀ ਹਾਂਜੀ ਸਰ, ਉਹ ਨਾ ਸਿੱਖ ਰਿਲੀਫ ਨਹੀਂ ਕੰਟਰੋਲ ਕਰ ਸਕਦੀ, ਕਿਉਂਕਿ ਜੇ ਜਿਹਨਾਂ ਉਹ ਇੰਡੀਵਿਜੂਅਲੀ ਸਾਰੇ ਨੇ ਆਪਣਾ ਇੰਡੀਵਿਜੂਅਲੀ ਸੈਟਅਪ ਕੀਤੇ ਸੀ, ਉਹ ਅਸੀਂ ਸਾਰਾ ਅਕਾਊਂਟ ਬਦਲਣਾ ਆ, ਫਿਰ ਉਹ ਤੁਹਾਨੂੰ ਆਪਣੇ ਬੈਂਕ ਵਿੱਚ ਜਾ ਕੇ ਜੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਦੱਸ ਸਕਦੇ ਹੋ ਵੀ ਜੋ ਅਸੀਂ ਡਾਇਰੈਕਟ ਡੈਬਿਟ ਸੈਟਅਪ ਕੀਤਾ ਸੀ ਅਸੀਂ ਇਹ ਅਕਾਊਂਟ ਨੰਬਰ ਤੇ ਸੋਰਟ ਕੋਡ ਨਾਲ ਅਸੀਂ ਬਦਲਣਾ ਚਾਹੁੰਦੇ ਹੋ, ਉਹ ਅਸੀਂ ਅਗਲੇ ਹਫ਼ਤੇ ਸਤਸੰਗ ਜੀ ਤੁਹਾਨੂੰ ਉਹ ਸਾਰੀ ਅਪਡੇਟ ਦੇਵਾਂਗੇ, ਉਹ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਅਗਲੇ ਹਫ਼ਤੇ ਵਿੱਚ ਆ ਜੂਗੀ। ਪਰ ਜੇ ਤੁਸੀਂ ਜਸਟ ਗਿਵਿੰਗ ਪੇਪਾਲ ਜਾਂ ਆਨਲਾਈਨ ਆਪਣੇ ਆਨਲਾਈਨ ਬੈਂਕ ਰਾਹੀਂ ਜਿਹੜਾ ਜਸਟ ਗਿਵਿੰਗ ਜਾਂ ਪੇਪਾਲ ਰਾਹੀਂ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਦਾ ਇਸ ਸਟਿਲ ਵਰਕਿੰਗ, ਫਿਰ ਤੁਸੀਂ ਉਹਦੇ ਰਾਹੀਂ ਜਿੱਦਾਂ ਅਸੀਂ ਇੱਕ ਟੈਂਪਰੀ ਅਕਾਊਂਟ ਆਨਲਾਈਨ ਅਕਾਊਂਟ ਸੈਟਅਪ ਕੀਤਾ ਆ, ਫਿਰ ਸਾਡੀ ਜਸਟ ਗਿਵਿੰਗ ਅਤੇ ਪੇਪਾਲ ਵਿੱਚ ਕੋਈ ਪ੍ਰੋਬਲਮਸ ਨਾ ਆਵੇ। ਠੀਕ ਹੈ ਜੀ, ਪਰ ਉਹ ਜਿਹੜਾ ਬੈਂਕ ਅਕਾਊਂਟ ਆ ਉਹ ਇੱਕਦਮ ਬੰਦ ਹੋ ਜਾਣਾ ਜਾਂ ਉਹ ਥੋੜਾ ਚਿਰ ਚੱਲੂਗਾ ਜੇ ਕਿਸੇ ਨੇ ਗਲਤੀ ਨਾਲ ਉਹਦੇ ਵਿੱਚ ਪੈਸੇ ਪਾ ਵੀ ਦਿੱਤੇ ਜਾਂ ਕਿਸੇ ਕੋਈ ਨਾ ਸਮਾਂ ਨਹੀਂ ਲੱਗਾ ਬਦਲਣ ਦਾ? ਉਹਨਾਂ ਨੇ ਅਕਾਊਂਟ ਹੁਣ ਬੰਦ ਕਰਵਾ ਦੇਣਾ ਆ, ਪਰ ਫਿਰ ਉਹਨਾਂ ਨੇ ਮੇਰੇ ਖਿਆਲ ਸਾਨੂੰ ਥੋੜਾ ਜਿਹਾ ਸਮਾਂ ਦਿੱਤਾ ਹੈ ਵੀ ਉਹ ਸਾਰੇ ਪੇਮੈਂਟ ਟ੍ਰਾਂਸਫਰ ਕਰੋਗੇ, ਪਰ ਉਹ ਹੁਣ ਉਹ ਜਿੱਦਾਂ ਕਿਉਂਕਿ ਇਹ ਸਾਡੀ ਮੇਨ ਪ੍ਰੋਬਲਮ ਸੀ HSBC ਦੇ ਨਾਲ ਵੀ ਉਹ ਸਾਨੂੰ ਜਿਹੜਾ ਕਮਿਊਨੀਕੇਟ ਨਹੀਂ ਵਧੀਆ ਕਰਦੇ ਸੀ, ਅਤੇ ਹੁਣ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਹੈ ਨਹੀਂ ਜੇ ਉਹ ਟ੍ਰਾਂਸਫਰ ਕਰੋਗੇ ਜਾਂ ਨਹੀਂ, ਤਾਂ ਅਸੀਂ ਇੱਕ ਹਫ਼ਤੇ ਪਹਿਲਾਂ ਸਾਰੀ ਸੰਗਤ ਨੂੰ ਇਸ ਚੀਜ਼ ਬਾਰੇ ਅਪਡੇਟ ਦੇਣਾ ਚਾਹੁੰਦੇ ਵੀ ਇੱਕ ਹਫ਼ਤੇ ਦੇ ਵਿੱਚ ਤੁਸੀਂ ਪਲੀਜ਼ ਆਪਣੇ ਡਾਇਰੈਕਟ ਡੈਬਿਟ ਸਟੈਂਡਿੰਗ ਆਰਡਰਸ। ਬਿਲਕੁਲ, ਮੇਰੇ ਖਿਆਲ ਨਾਲ ਇਸ ਡਾਇਰੈਕਟ ਡੈਬਿਟ ਦੁਬਾਰਾ ਸੈੱਟ ਕਰਾਉਣ ਤੇ ਸਮਾਂ ਤਾਂ ਬਹੁਤ ਥੋੜਾ ਲੱਗਦਾ ਬੈਂਕ ਵਿੱਚ ਬਹੁਤ। ਹਾਂਜੀ, ਬਸ ਜਦੋਂ ਸਾਡੇ ਕੋਲ ਨਵਾਂ ਅਕਾਊਂਟ ਨੰਬਰ ਤੇ ਸੋਰਟ ਕਰਦੇ, ਤੁਸੀਂ ਉਹ ਨੰਬਰ ਬਸ ਆਪਣੇ ਬੈਂਕ ਵਿੱਚ ਜਾ ਕੇ ਉਹਨਾਂ ਨੂੰ ਦੱਸ ਦੇਣਾ ਵੀ ਅਸੀਂ ਆ ਜਿਹੜਾ ਤੁਸੀਂ ਉਹ ਐਗਜ਼ਿਸਟਿੰਗ ਡਾਇਰੈਕਟ ਡੈਬਿਟ ਸੀ, ਮੈਂ ਬਸ ਡਿਟੇਲ ਚੇਂਜ ਕਰਨੇ ਸੀ ਵੀ ਅਸੀਂ ਹੋਰ ਅਕਾਊਂਟ ਵਿੱਚ ਪਾਉਂਦੇ ਆ, ਉਹ ਬਸ ਮਸਾਂ 10-15 ਮਿੰਟ ਦਾ ਕੰਮ ਹੋਊਗਾ। ਸੋ ਇਟਸ ਵੈਰੀ ਸਿੰਪਲ, ਲਾਈਨ ਵਿੱਚ ਖੜਨ ਦਾ ਸਮਾਂ ਪਾ ਕੇ 10-15 ਮਿੰਟ। ਠੀਕ ਹੈ ਜੀ, ਹਾਂਜੀ, ਅਸੀਂ ਮੈਂ ਦੁਬਾਰਾ ਇੱਕ ਵਾਰੀ ਜ਼ਰੂਰ ਸੰਗਤਾਂ ਨੂੰ ਬੇਨਤੀ ਕਰਦਾ ਕਿ ਅਗਲੇ ਹਫ਼ਤੇ ਤੋਂ ਜਿਹੜਾ ਸਿੱਖ ਰਿਲੀਫ ਦਾ ਅਕਾਊਂਟ ਆ ਉਹ ਚੇਂਜ ਹੋ ਰਿਹਾ, HSBC ਤੋਂ ਇੱਕ ਨਵੀਂ ਬੈਂਕ ਵੱਲ ਜਾ ਰਿਹਾ, ਤੇ ਜਿੰਨੇ ਵੀ ਡਾਇਰੈਕਟ ਡੈਬਿਟ ਸੈੱਟ ਹੋਏ ਆ ਉਹ ਨਵੇਂ ਅਕਾਊਂਟ ਵੱਲ ਜਾਣਗੇ ਲਈ ਕਰਾਉਣੇ ਪੈਣਗੇ ਤੁਹਾਨੂੰ ਉਹ ਬੈਂਕ ਵਿੱਚ ਜਾ ਕੇ, ਉੱਥੇ 2 ਜਾਂ 3
ਅਲਾਈਨਮੈਂਟ ਉਹਦਾ ਜਿਹੜਾ ਸਮਾਂ ਹੈ ਉਹ ਉੱਥੇ ਲੱਗੇਗਾ ਤੁਹਾਡਾ 10 ਮਿੰਟ ਲਗਭਗ ਲਾ ਲਓ ਤੁਸੀਂ ਜੇ ਲਾਈਨ ਵਿੱਚ ਵੀ ਖੜਨਾ ਪੈ ਗਿਆ ਤੇ ਉੱਥੇ ਜਾ ਕੇ ਤੁਸੀਂ 10 ਮਿੰਟਾਂ ਦੇ ਵਿੱਚ ਇਹ ਚੇਂਜ ਕਰਾ ਸਕਦੇ ਹੋ ਤੇ ਇਹਦੇ ਨਾਲ ਮੇਰੇ ਖਿਆਲ ਨਾਲ ਜਿਹੜੀ ਸਪੀਡ ਆ ਮਦਦ ਦੀ ਉਹ ਜ਼ਰੂਰ ਵਧੂਗੀ ਉਹਦੇ ਤੇ ਜ਼ਰੂਰ ਹਾਂਜੀ ਉਹ ਨਾ ਸਾਨੂੰ ਇਸ ਗੱਲ ਦਾ ਫਰਕ ਆ ਵੀ ਸਾਡੀ ਸੇਵਾ ਨਾ ਜਿਹਦਾ ਰੁਕਣ ਤਾਂ ਅਸੀਂ ਪਹਿਲਾਂ ਸੰਗਤ ਨੂੰ ਇਸ ਜਾਣਕਾਰੀ ਦੇਣਾ ਚਾਹੁੰਦੇ ਸੀ ਵੀ ਤੁਹਾਡੀ ਸਾਡੀ ਸੇਵਾ ਜਾਰੀ ਰਹਿਣ ਕਿਉਂਕਿ ਜੇ ਹੁਣ ਉਹ ਜਿਹਦਾ ਉਹ ਫਰਕ ਪੈ ਸਕਦਾ ਜੇ ਅਸੀਂ ਉਹ ਡਾਇਰੈਕਟ ਡੈਬਿਟ ਉਹ ਸੰਗਤ ਨੇ ਨਾ ਸ਼ਿਫਟ ਕੀਤੇ ਬਿਲਕੁਲ ਜੀ ਆਪਾਂ ਅਗਲੀਆਂ ਅਪਡੇਟਸ ਵੱਲ ਵਧੀਆ ਜੀ ਆਈ ਜਸਟ ਵਾਂਟ ਯੂ ਟੂ ਰੀਪੀਟ ਦੈਟ ਇਨ ਇੰਗਲਿਸ਼ ਇਫ ਦੈਟਸ ਓਕੇ ਜਸਟ ਫॉर आवर ਜੀ ਜੀ ਬਿਲਕੁਲ ਹਾਂਜੀ ਜਸਟ ਫॉर आवर ਇੰਗਲਿਸ਼ ਸਪੀਕਿੰਗ ਆਡੀਅנס ਸੋ ਜਸਟ ਵੈਰੀ ਇੰਪੋਰਟੈਂਟ ਸੰਗ ਅਪਡੇਟਸ ਆ ਸੰਗਤ ਜੀ ਫॉर ਦੋਸ ਆਫ ਯੂ ਹੂ ਡਿਡਨਟ ਅੰਡਰਸਟੈਂਡ ਵਾਈ ਆ ਸੈਡ ਇਨ ਪੰਜਾਬੀ ਇਜ਼ ਦੈਟ ਦ ਸਿੱਖ ਰਿਲੀਫ ਮੇਨ ਬੈਂਕ ਅਕਾਊਂਟ ਦ ਓਲਡ ਡਾਇਰੈਕਟ ਡੈਬਿਟਸ ਇਨ ਸਟੈਂਡਿੰਗ ਆਰਡਰ ਐਂਡ ਓਲਡ ਡੋਨੇਸ਼ਨਸ ਗੋਇੰਗ ਟੂ ਵਿਲ ਬੀ ਚੇਂਜਿੰਗ ਵਿਦਇਨ ਦ ਨੈਕਸਟ 7 ਟੂ 10 ਡੇਸ ਸੋ ਇਨ ਨੈਕਸਟ ਵੀਕ ਸ਼ੋ ਵੀ ਵਿਲ ਬੀ ਬ੍ਰਿੰਗਿੰਗ ਯੂ ਦ ਨਿਊ ਸੋਕ ਕੋਡ ਅਕਾਊਂਟ ਨੰਬਰ ਐਂਡ ਬੈਂਕ ਨੇਮ ਬਟ ਇਫ ਯੂ ਸਟਿਲ ਵਿਸ਼ ਟੂ ਡੋਨੇਟ ਟੂ ਸਿੱਖ ਰਿਲੀਫ ਬਾਈ ਜਸਟ ਗਿਵਿੰਗ ਓ ਪੇਪਲ ਯੂ ਕੈਨ ਸਟਿਲ ਡੂ ਸੋ ਐਸ ਵੀ ਹੈਵ ਸੈਟ ਅਪ ਅ ਟੈਂਪਰੀ ਆਨਲਾਈਨ ਅਕਾਊਂਟ ਟੂ ਅਲਾਉ ਦੋਸ ਪੇਮੈਂਟਸ ਟੂ ਕੰਟੀਨਿਊ ਵਿਚ ਵਿਲ ਦੈਨ ਸ਼ਿਫਟ ਇਨ ਟੂ ਦ ਨਿਊ ਅਕਾਊਂਟ ਵਾਂਸ ਦੈਟਸ ਸੈਟ ਅਪ ਬਟ ਫੋਰ ਆਲ ਆਫ ਫੋਰ ਦੋਸ ਆਫ ਯੂ ਹੂ ਹੈਵ ਗਾਟ already direct debits and standing orders set up within the next 7 days you will be looking to change those to the new bank account details that we will publish we just wanted to give you 7 to 10 days notice just to get ready for that because after those 7 to 10 days the HSBC account will close they're still not communicating with us fully whether they'll be shifting over the direct debits and the standing orders if they do still accidentally go into our old account so we just feel that it'll be better for you to make those changes yourself manually just to ensure that your seva continues to come to Sikh Relief and most importantly Satsangha Ji that the seva continues regardless but just as I said in Punjabi the main reason for the change is that we haven't been happy with the services of our current bank for quite a while and keeping in mind that it's the Sangat's Maya that we have to manage and we want to maintain the transparency and the high level of sort of governance that we maintain with the Sangat's money and the finances and how it's sent to India this was the best decision all round to go to what we would think is now a better bank so we'll be bringing those details to you within the next week show so please do look out for that there'll also be an advert running on our channel as soon as those details are published please do take a note of the numbers jo number hone si agle hafte si advert vi dikhaunge ki jehde sangat ne show miss kita ya advert rahi tusi nama account number te sort code likh sakde ho te apne details apne records ਤੁਸੀਂ ਅਪਡੇਟ ਕਰ ਸਕਦੇ ਹੋ ਸੋ ਦੈਟਸ ਅ ਵੈਰੀ ਇੰਪੋਰਟੈਂਟ ਅਪਡੇਟ ਸਰ ਬਿਲਕੁਲ ਜੀ ਆਪਾਂ ਦੱਸਦੇ ਸੰਗਤਾਂ ਨੂੰ ਜੇ ਕਿਸੇ ਨੇ ਮਿਸ ਵੀ ਕਰ ਦਿੱਤਾ ਕਿਸੇ ਕੋਲੋਂ ਨਹੀਂ ਵੀ ਲਿਖਿਆ ਗਿਆ ਤੁਸੀਂ ਅਕਾਲ ਚੈਨਲ ਦੇ ਸਟੂਡੀਓ ਵਿੱਚ ਫੋਨ ਕਰਕੇ ਵੀ ਨਵਾਂ ਅਕਾਊਂਟ ਲੈ ਸਕਦੇ ਆ ਸਕਰੀਨ ਉੱਤੇ ਜੋ ਆ ਰਿਹਾ ਨੰਬਰ ਉਹਦੇ ਉੱਤੇ ਤੁਸੀਂ ਕਾਲ ਕਰਕੇ ਸਿੱਖ ਰਿਲੀਫ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ ਤੇ ਨਵੇਂ ਅਕਾਊਂਟ ਬਾਰੇ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਹੁਣ ਆਪਾਂ ਅਗਲੀ ਅਪਡੇਟਸ ਵੱਲ ਵਧੀਏ ਜੀ ਹਾਂਜੀ ਸੋ ਯਾ so the first update is by Lal Singh hon ese ode bare ke issue vich assi kafi update dittiyan ne par ohna di hon bobber di pichli week hearing si ohna di supreme court hearing si kyunki ohna di msc premature application kafi bari payi ni par oh phir jadon oh stay ho gayi si oh reject ho gayi si jadon supreme court ne stay lai si bhi koi bhi jida state government life for the premature release or state government ni order kar sakdi or supreme court tak jani pendiyan phir sadi sadi SOPW team ne ek supreme lawyer hire karke jinna jidon tusi supreme court tak jande ha oh sara kharcha double ho janda ji bilkul phir si vadhiya lawyer karke si Lal Singh da case supreme court vich hearing hoyi si supreme court da eh faisla si bhi eh rihai assi ni kar sakde par tusi home ministry central government nal ਤੁਸੀਂ ਐਪਲੀਕੇਸ਼ਨ ਪਾਓ ਤੇ ਉਹ ਤੁਹਾਡਾ ਐਪਲੀਕੇਸ਼ਨ ਕੰਸੀਡਰ ਕਰ ਸਕਦੇ ਤੇ ਉਹ ਆਥੋਰਾਈਜ਼ ਕਰ ਸਕਦੇ ਆ ਜੀ ਹੁਣ ਇਹ ਇੱਕ ਤਰ੍ਹਾਂ ਯੂ ਨੋ ਇਟਸ ਬੀ ਸੈਡ ਬੀਸੀ ਇਸ ਪ੍ਰੋਸੀਜਰ ਵਿੱਚ ਨੰਗਿਆ ਤੇ ਇਹਨਾਂ ਨੇ ਉਹ ਇਜਾਜ਼ਤ ਨਹੀਂ ਦਿੱਤੀ ਪਰ ਸਾਨੂੰ ਕੋਈ ਫਿਕਰ ਕਰਨ ਦੀ ਗੱਲ ਹੈ ਨਹੀਂ ਕਰਕੇ ਇਹ ਪ੍ਰੋਸੀਜਰ ਅਸੀਂ ਅੱਗੇ ਕੀਤਾ ਜਦੋਂ ਭਾਈ ਵਰਿਆਮ ਸਿੰਘ ਦੀ ਰਿਹਾਈ ਹੋਈ ਸੀ ਉਹ ਅਸੀਂ ਪਿਛਲੇ ਮਹੀਨੇ ਵਿੱਚ ਸੰਗਤ ਨੂੰ ਦੱਸਿਆ ਸੀ ਉਹਨਾਂ ਦੀ ਵੀ ਰਿਹਾਈ ਵੀ ਅਸੀਂ ਐਪਲੀਕੇਸ਼ਨ ਅਸੀਂ ਪ੍ਰੋਸੀਜਰ ਆਈ ਸੀ ਐਪਲੀਕੇਸ਼ਨ ਹੋਮ ਮਿਨਿਸਟਰੀ ਰਾਜਨਾਥ ਸਿੰਘ ਨੂੰ ਪਾਈ ਸੀ ਤੇ ਉਹਨਾਂ ਨੇ ਉਹ ਐਪਲੀਕੇਸ਼ਨ ਕੰਸੀਡਰ ਕਰਕੇ ਉਹਨਾਂ ਨੇ ਪਰਮਾਨੈਂਟ ਰਿਲੀਸ ਅਪਰੂਵ ਕੀਤੀ ਤੇ ਹੁਣ ਵਰਿਆਮ ਸਿੰਘ ਆਪਣੇ ਪਰਿਵਾਰ ਨਾਲ ਘਰ ਆਏ ਨੇ ਤੇ ਅਸੀਂ ਇਹੀ ਅਰਦਾਸ ਕਰਦੇ ਵੀ ਹੁਣ ਸਾਨੂੰ 8 ਹਫ਼ਤਿਆਂ ਦਾ ਸਮਾਂ ਆ ਵੀ ਉਹ ਸਾਰਾ ਪੇਪਰ ਵਰਕ ਕੰਪਲੀਟ ਕਰਕੇ ਉਹ ਅਸੀਂ ਹੋਮ ਮਿਨਿਸਟਰੀ ਨੂੰ ਸਬਮਿਟ ਕਰਨਾ ਆ ਤੇ ਸਾਡੀ ਪੂਰੀ ਟੀਮ ਇਸ ਸੇਵਾ ਵਿੱਚ ਤੱਤ ਪਰ ਤਿਆਰ ਹੈ ਸਾਡੀ ਲੀਗਲ ਟੀਮ ਸਾਰਾ ਪੇਪਰ ਵਰਕ ਹੁਣ ਤਿਆਰ ਕਰਦੀ ਨੇ ਸੋ ਹੋਪਫੁਲੀ ਜੇ ਇਹ ਵੀ ਐਪਲੀਕੇਸ਼ਨ ਐਕਸੈਪਟ ਹੋ ਗਿਆ ਦੈਟ ਵਿਲ ਬੀ ਅਨਦਰ ਸਾਡਾ ਇੱਕ ਲਾਈਫ ਪ੍ਰਿਜ਼ਨਰ ਆਪਣੇ ਪਰਿਵਾਰ ਵਿੱਚ ਘਰ ਆ ਰਿਹਾ ਤੇ ਸਤਸੰਗ ਜੀ ਹੁਣੇ ਸੀ ਜਿੱਦਾਂ ਨਾ ਇਸ ਨਾ ਇਸ ਕਰਕੇ ਆਉਂਦੇ ਸੀ ਦੇਖਦੇ ਹਾਂ ਵੀ ਅਸੀਂ ਇਹ ਤੁਹਾਡੀ ਸੇਵਾ ਜੋ ਤੁਸੀਂ ਸਾਨੂੰ ਦਿੰਦੇ ਹਾਂ ਇਹਦਾ ਫਲ ਤੁਸੀਂ ਦੇਖਦੇ ਹਾਂ ਕਿਉਂਕਿ ਹਾਂਜੀ ਲਾਲ ਸਿੰਘ ਦੀ ਕੇਸ ਆ ਇਹਦਾ ਹੁਣ ਪ੍ਰੋਸੈਸ ਵਿੱਚ ਆ ਪਰ ਪਿਛਲੇ 6 ਮਹੀਨਿਆਂ ਵਿੱਚ ਅਸੀਂ ਭਾਈ ਵਰਿਆਮ ਸਿੰਘ ਭਾਈ ਹਰਦੀਪ ਸਿੰਘ
ਭਾਈ ਬਾਜ ਸਿੰਘ ਇਸ ਜਿਨ੍ਹਾਂ ਨੇ 20 ਸਾਲਾਂ ਤੋਂ ਉੱਪਰ ਜੇਲ੍ਹ ਵਿੱਚ ਟਾਈਮ ਸਪੈਂਡ ਕੀਤਾ ਉਹ ਹੁਣ ਆਪਣੇ ਪਰਿਵਾਰ ਵਿੱਚ ਘਰ ਆਏ ਨੇ ਅਸੀਂ ਹੁਣ ਇੱਕ ਨਾ ਪ੍ਰੈਸੀਡੈਂਟ ਸੈੱਟ ਕੀਤਾ ਆ ਵੀ ਹੁਣ ਅਸੀਂ ਸਾਰੀ ਪ੍ਰੋਸੀਜਰ ਵਿੱਚ ਲੰਘ ਕੇ ਅਸੀਂ ਰਿਹਾਈਆਂ ਕਰਕੇ ਹੁਣ ਜਦੋਂ ਲਾਸਟ ਸਿੰਘ ਦਾ ਕੇਸ ਹੋਮ ਮਿਨਿਸਟਰੀ ਨੇ ਜਾਊਗਾ ਸਾਡੇ ਕੋਲ ਹੁਣ ਦੋ ਹੋਰ ਕੇਸ ਪਿਆ ਜੋ ਇਸ ਪ੍ਰੋਸੀਜਰ ਵਿੱਚ ਲੰਘ ਕੇ ਸਕਸੈਸਫੁਲ ਹੋਇਆ ਇੰਡੀਵਿਜੁਅਲ ਮੈਰਿਟ ਪਰ ਦੇਖਦੇ ਆ ਇੰਡੀਅਨ ਜਸਟਿਸ ਸਿਸਟਮ ਸਾਡੀ ਇੰਗਲੈਂਡ ਜਸਟਿਸ ਸਿਸਟਮ ਵਰਗੀ ਹੈ ਨੀ ਜਿੱਥੇ ਕੋਈ ਵੀ ਇਨਸਾਨ ਕੋਈ ਵੀ ਉਮਰ ਦਾ ਰੇਸ ਦਾ ਹੋਵੇ ਇੱਕ ਲੋੜ ਇੱਕ ਬੰਦੇ ਨੂੰ ਅਪਲਾਈ ਕਰਦਾ ਆ India, which is very much the law can change depending on who you are. Jidho da tusi insaan a jithe tak thode connection hunde a ye je thonu procedure di jankari hegi a thonu pata bhi kis mode par tusi jana a thoda success ho sakda je thode kol maya hai ni thode kol strong legal team hai ni thonu us procedure di knowledge hai ni tusi nang nahi sakde hun tusi request ta pa sakde a par jo jin jinna tak assi is field vich kaam kita a persistence ਤੁਹਾਨੂੰ ਬਾਰ ਬਾਰ ਜਾਣਾ ਪੈਣਾ ਜਿੱਦਾਂ ਬੁਰਿਆਮ ਸਿੰਘ ਦੇ ਕਈ ਪ੍ਰੈਮੇਚੁਅਰ ਰਿਲੀਸ ਐਪਲੀਕੇਸ਼ਨ ਰਿਜੈਕਟ ਹੋਏ ਨੇ ਹੁਣ ਅਸੀਂ ਹਾਰ ਵੀ ਮੰਨ ਸਕਦੇ ਸੀ ਪਰ ਅਸੀਂ ਫਿਰ ਲੱਭਿਆ ਕੋਈ ਤਰੀਕਾ ਲੱਭਿਆ ਕੋਈ ਰਸਤਾ ਅਸੀਂ ਨਵੇਂ ਤਰੀਕੇ ਨਾਲ ਐਪਲੀਕੇਸ਼ਨ ਸਬਮਿਟ ਕੀਤੀ ਹੁਣ ਅਗਲੇ ਸਟੈਪ ਤੱਕ ਜਾਂਦੀ ਆ ਇਹ ਨਾ ਜੋ ਬੰਦੀ ਸਿੰਘਾਂ ਦਾ ਕੰਮ ਆ ਜਦੋਂ ਅਸੀਂ ਨਾ ਕਾਨੂੰਨ ਦੇ ਵਿੱਚ ਕੰਮ ਕਰੀਏ ਟਾਈਮ ਲੱਗਦਾ ਆ The only reason we were able to have this success and we were able to keep going through these procedures is because Sangha ji, you support us. ਬਿਲਕੁਲ ਜੀ ਆਪਾਂ ਅੱਗੇ ਵਧਣ ਤੋਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਉਹਦੇ ਤੋਂ ਬਾਅਦ ਚ ਆਪਾਂ ਫਿਰ ਨਵੀਆਂ ਅਪਡੇਟਸ ਬਾਰੇ ਵੱਲ ਵਧਾਂਗੇ ਇੱਕ ਲੈਣੇ ਛੋਟੀ ਜਿਹੀ ਬ੍ਰੇਕ ਮਿਲਦੇ ਬ੍ਰੇਕ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਕਰਦੇ ਹਾਂ ਜੀ ਤੇ ਆਪਾਂ ਗੱਲ ਕਰ ਰਹੇ ਸੀ ਸਿੱਖ ਰਿਲੀਫ ਦੀ ਅਪਡੇਟਸ ਬਾਰੇ ਜੋ ਹਫ਼ਤੇਵਾਰੀ ਹੁੰਦੀ ਹੈ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਸੁਖਵਿੰਦਰ ਕੌਰ ਨਾਲ ਤੇ ਸੁਖਵਿੰਦਰ ਕੌਰ ਜੀ ਮੇਰੇ ਖਿਆਲ ਨਾਲ ਇੱਕ ਪਿੱਛੇ ਜਿਹੇ ਮੀਟਿੰਗ ਵੀ ਹੋਈ ਹੈ ਤੁਹਾਡੀ ਡੀ ਆਈ ਜੀ ਸਾਹਿਬ ਨਾਲ ਉਹਦੇ ਬਾਰੇ ਵੀ ਕੋਈ ਅਪਡੇਟ ਦਿਓਗੇ ਸਾਨੂੰ ਹਾਂਜੀ ਜਿੱਦਾਂ ਹੁਣ ਪਿਛਲੇ ਹਫ਼ਤੇ ਸਾਡੇ ਇੰਡੀਆ ਦੇ ਮੇਨ ਵਾਲੰਟੀਅਰਸ ਐਮ ਆਰ ਪੀ ਸਿੰਘ ਤੇ ਪਰਮਿੰਦਰ ਸਿੰਘ ਉਹਨਾਂ ਨੇ ਐਮ ਡੀ ਆਈ ਜੀ ਆਫ ਪੰਜਾਬ ਜੇਲ੍ਹ ਲਖਵਿੰਦਰ ਸਿੰਘ ਜਾਖੜ ਦੇ ਨਾਲ ਮੀਟਿੰਗ ਕੀਤੀ ਸੀ ਕਿਉਂਕਿ ਸਾਡੇ ਕਈ ਪ੍ਰਿਜ਼ਨਰਸ ਨੇ ਜਿੱਦਾਂ ਹੁਣ ਸਾਡੇ ਦੋ ਪ੍ਰਿਜ਼ਨਰਸ ਨੇ ਸੁਬੇਗ ਸਿੰਘ ਤੇ ਨੰਦ ਸਿੰਘ ਇਹ ਵੀ ਲਾਈਫਰ ਵਿੱਚ ਨੇ ਇਹਨਾਂ ਦੀ ਰਿਹਾਈ ਦੇ ਆਰਡਰ ਆ ਗਏ ਨੇ ਪਰ ਉਹਨਾਂ ਨੂੰ ਹਾਲੇ ਰਿਲੀਜ਼ ਨਹੀਂ ਕੀਤਾ ਸਾਨੂੰ ਜਿੱਦਾਂ ਇਹ ਕਾਫੀ ਵੱਡੀ ਮੀਟਿੰਗ ਸੀ ਸਿਰਫ ਇਹਨਾਂ ਦੇ ਕੇਸ ਬਾਰੇ ਨਹੀਂ ਸੀ ਇੱਕ ਫਿਰ ਜਿੱਦਾਂ ਸਾਡੇ ਕੇ ਸਿੰਘਾਂ ਦੇ ਪਰੋਲ ਵੀ ਆਉਣ ਲੱਗੇ ਸੀ ਅਸੀਂ ਉਹਨਾਂ ਬਾਰੇ ਵੀ ਡਿਸਕਸ਼ਨ ਕੀਤੀ ਹੋਰ ਸਿੰਘਾਂ ਦੇ ਜਿਹੜੇ ਕਾਫੀ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਹਨ ਉਹਨਾਂ ਦੀ ਹਾਲੇ ਰਿਹਾਈ ਹੋਣ ਵਾਲੀ ਆ ਜਾਂ ਨਹੀਂ ਹੋਈ ਹਾਲੇ ਕਾਫੀ ਲੰਬਾ ਡਿਸਕਸ਼ਨ ਹੋਇਆ ਸੀ ਪਰ ਮੀਟਿੰਗ ਕਾਫੀ ਪੋਜ਼ਿਟਿਵ ਗਈ ਸੀ ਪਰ ਅਸੀਂ ਦੋ ਸਿੰਘਾਂ ਦੀ ਕੇਸ ਸੀ ਬਹੁਤ ਜ਼ਿਆਦਾ ਹਾਈਲਾਈਟ ਕੀਤੀ ਸੀ ਵੀ ਜੇ ਇਹਨਾਂ ਦੀ ਰਿਹਾਈ ਦੀ ਆਰਡਰ ਆ ਗਏ ਨੇ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਗਿਆ ਫਿਰ ਉਹਨਾਂ ਫਿਰ ਡੀ ਆਈ ਜੀ ਸਾਹਿਬ ਨੇ ਸਾਡੀ ਟੀਮ ਨੂੰ ਕਾਫੀ ਰੀਅਸ਼ੋਰ ਕੀਤਾ ਸੀ ਵੀ ਅਗਲੇ ਹਫ਼ਤੇ ਦੋ ਹਫ਼ਤੇ ਮੈਕਸੀਮਮ ਦੇ ਵਿੱਚ ਉਹਨਾਂ ਦੀ ਰਿਹਾਈ ਹੋ ਜਾਣੀ ਆ ਫਿਰ ਸਤ ਸਿੰਘ ਜੀ ਇਹ ਜ਼ਰੂਰੀ ਜਾਣਕਾਰੀ ਵੀ ਸੁਭੇਗ ਸਿੰਘ ਤੇ ਨੰਦ ਸਿੰਘ ਵੀ ਲਾਈਫਰ ਵਿੱਚ ਨੇ ਇਹਨਾਂ ਨੇ ਵੀ ਜਿੱਦਾਂ ਨੀਲੀ 18 ਤੇ 20 ਸਾਲ ਦੇ ਵਿੱਚ ਇਹਨਾਂ ਨੇ ਜੇਲ੍ਹ 'ਚ ਟਾਈਮ ਸਪੈਂਡ ਕੀਤਾ ਆ ਅਤੇ ਇਹਨਾਂ ਦਾ ਵੀ ਪਰਸਨਲ ਮਰਡਰ ਕੇਸ ਸੀ ਇਹਨਾਂ ਦੀ ਪ੍ਰੋਬਲਮ ਇਹ ਹੋਈ ਸੀ ਵੀ ਇਹਨਾਂ ਦਾ ਜਦੋਂ ਇਹ ਦਿੱਲੀ ਤਿਹਾਰ ਜਦੋਂ ਇਹ ਜੇਲ੍ਹ ਵਿੱਚ ਸੀ ਜਗਤਾਰ ਸਿੰਘ ਹਵਾਰਾ ਨਾਲ 2003 ਵਿੱਚ ਜਦੋਂ ਜੇਲ੍ਹ ਬ੍ਰੇਕ ਦੀ ਕੇਸ ਹੋਈ ਸੀ ਇਹਨਾਂ ਨੂੰ ਉਹਨਾਂ ਉਹਦੇ ਕੇਸ ਵਿੱਚ ਇਹਨਾਂ ਨੂੰ ਇੰਪਲੀਕੇਟ ਕੀਤਾ ਸੀ ਕਿਉਂਕਿ ਇਹ ਭਾਈ ਹਵਾਲਾ ਦੇ ਨਾਲ ਕਾਫੀ ਕਲੋਜ਼ ਸੀ ਉਹਨਾਂ ਦੇ ਮਿੱਤਰ ਨੇ ਸੀ ਮਿੱਤਰ ਨੇ ਸੀ ਨਾ ਤੇ ਫਿਰ ਉਹਨਾਂ ਨੂੰ ਉਸ ਕੇਸ ਵਿੱਚ ਇੰਪਲੀਕੇਟ ਕੀਤਾ ਫਿਰ ਇਹਨਾਂ ਦਾ ਫਿਰ ਜਿੱਥੇ ਇਹਨਾਂ ਦੀ ਰਿਹਾਈ ਅੱਗੇ ਕਿਉਂਕਿ ਇਹਨਾਂ ਦਾ ਪਰਸਨਲ ਕੇਸ ਸੀ ਜੋ ਦ ਰੀਜ਼ਨ ਫੋਰ ਦੈਰ ਇੰਪ੍ਰਿਜ਼ਨਮੈਂਟ ਸੋ ਦਿਸ ਇਜ਼ ਅਨਦਰ ਫੈਂਟਾਸਟਿਕ ਨਿਊਜ਼ ਸਾਧ ਸੰਗਤ ਜੀ ਅਨਦਰ ਫੈਂਟਾਸਟਿਕ ਅਚੀਵਮੈਂਟ ਹੁਣ ਅਸੀਂ ਕਈ ਆ ਪਿਛਲੇ 9 ਮਹੀਨਿਆਂ ਵਿੱਚ ਸਾਡੀ ਕਾਫੀ ਰਿਹਾਈਆਂ ਹੋਈਆਂ ਨੇ ਜੀ ਬਿਲਕੁਲ ਤੇ ਅਸੀਂ ਫਿਰ ਜਿੱਦਾਂ ਇੱਕ ਰਿਜ਼ਲਟ ਦੇਖਣ ਨੂੰ ਮਿਲਿਆ ਜੀ 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 ਸਾਧ ਸੰਗਤ ਜੀ ਦ ਰੀਜ਼ਨ ਵੀ ਡੂ ਦੀ ਸ਼ੋਜ਼ ਦ ਮੇਨ ਕਾਰਨ ਇਹ ਸ਼ੋਅ ਦਾ ਇਹੀ ਆ ਵੀ ਤੁਹਾਨੂੰ ਦਿਸੇ ਸਾਧ ਸੰਗਤ ਜੀ ਵੀ ਲੁੱਕ ਹਾਊ ਫਾਰ ਯੋਰ ਡੋਨੇਸ਼ਨਸ ਆਰ ਗੋਇੰਗ ਲੁੱਕ ਹਾਊ ਫਾਰ ਵਰਕ ਹਾਊ ਮਚ ਯੂ ਆਰ ਏਬਲ ਟੂ ਅਚੀਵ ਐਂਡ ਵੀ ਕੈਨ ਓਨਲੀ ਡੂ ਦੈਟ ਵਿਦ ਯੋਰ ਕੰਟੀਨਿਊਡ ਸਪੋਰਟ ਸੋ ਟੂ ਮੋਰ ਸਿੰਘ ਦਾ ਹੁਣ ਦੋ ਹੋਰ ਸਿੰਘ ਮਹਾਰਾਜ ਦੀ ਕਿਰਪਾ ਨਾਲ ਆਪਣੇ ਪਰਿਵਾਰ ਵਿੱਚ ਘਰ ਆਓਗੇ ਜੀ 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 ਤੇ ਇਹ ਉਹਦੀ ਹੁਣ ਜੋ ਅਗਲੇ ਹੁਣ ਹਫ਼ਤੇ ਵਿੱਚ ਜਦੋਂ ਉਹਨਾਂ ਦੀ ਰਿਹਾਈ ਹੋ ਗਈ ਸੀ ਉਹਨਾਂ ਦੀ ਅਪਡੇਟ ਵੀ ਤੁਹਾਡੇ ਅੱਗੇ ਲੈ ਕੇ ਆਵਾਂਗੇ ਹਾਂਜੀ ਆਪਾਂ ਟਾਕਿੰਗ ਪੰਜਾਬ ਵਾਲੇ ਸੁਰਿੰਦਰ ਸਿੰਘ ਦੀ ਵੀ ਪਿੱਛੇ ਜੇ ਸੁਣਵਾਈ ਹੋਈ ਸੀ ਇਸ ਹਫ਼ਤੇ ਉਹਦੇ ਬਾਰੇ ਵੀ ਕੋਈ ਅਪਡੇਟ ਹੈ ਤੁਹਾਡੇ ਕੋਲ ਹਾਂਜੀ ਪਿਛਲੇ ਹਫ਼ਤੇ ਉਹਨਾਂ ਦੀ ਸੁਣਵਾਈ ਹੋਈ ਸੀ ਪ੍ਰੋਸੀਕਿਊਸ਼ਨ ਨੇ ਉਹਨਾਂ ਦੇ ਤਿੰਨ ਜੀ ਦਾ ਗਵਾਹ ਪੇਸ਼ ਕੀਤੇ ਸੀ ਵਿਟਨੈਸਿਸ ਅਗੇਂਸਟ ਸੁਰਿੰਦਰ ਸਿੰਘ ਇੱਕ ਵਿਟਨੈਸ ਦਾ ਸਟੇਟਮੈਂਟ ਸੀ ਵੀ ਮੈਂ ਇਹਦਾ ਕਿ ਮੈਂ ਸੁਰਿੰਦਰ ਸਿੰਘ ਨੂੰ ਕਿੱਦਾਂ ਪਛਾਵਾਂ ਮੈਂ ਆਪ ਹੀ ਬਹੁਤ ਛੋਟਾ ਸੀ ਉਸ ਉਮਰ ਵਿੱਚ ਇਹਨਾਂ ਦਾ ਕੇਸ ਜਿੱਦਾਂ ਸਿੱਧੂ ਜੀ ਦੀ ਬੈਕ ਹਿਸਟਰੀ ਦੇਖੀਏ ਜਿਹਨਾਂ ਨੇ ਪਿਛਲੀ ਵਾਰੀ ਸ਼ੋਅ ਨਹੀਂ ਦੇਖਿਆ ਸੁਰਿੰਦਰ ਸਿੰਘ ਇੱਕ ਬਹੁਤ ਪ੍ਰੋਮੀਨੈਂਟ ਜਰਨਲਿਸਟ ਆ ਜਿੱਦਾਂ ਨਾ ਇਹਨਾਂ ਨੇ ਕਾਫੀ ਪੰਜਾਬ ਵਿੱਚ ਨਾ ਬਿਨਾਂ ਕੋਈ ਡਰ ਰੱਖਦੇ ਹੋਇਆ
ਪੰਜਾਬ ਦੀ ਕਰਪਸ਼ਨ ਜੋ 1984 ਵਿੱਚ ਹੋਇਆ ਆ, ਜੋ ਸਿੱਖ ਜੈਨੋਸਾਈਡ ਹੋਇਆ ਆ, ਜੋ ਵੀ ਪੰਜਾਬ ਵਿੱਚ ਪ੍ਰੋਬਲਮਸ ਹੈ, ਉਹਨੇ ਬਿਨਾਂ ਡਰ ਹੋ ਕੇ ਉਹਨਾਂ ਦੀ ਕਵਰੇਜ ਦਿੱਤੀ, ਉਹਨੇ ਬਾਰੇ ਉਹਦੇ ਬਾਰੇ ਆਵਾਜ਼ ਉਠਾਈ ਇੱਕ, ਅਤੇ ਜਦੋਂ ਉਹਦੀ ਆਵਾਜ਼ ਲੋਕ ਸੁਣਨ ਲੱਗ ਪਏ, ਇੱਕ ਫਿਰ ਇਹਨਾਂ ਨੇ ਟਾਡਾ ਕੇਸ, ਕੋਈ ਪੁਰਾਣਾ ਟਾਡਾ ਕੇਸ ਲੱਭਦਾ, ਅਤੇ ਇਹਨਾਂ 'ਤੇ ਉਹਨਾਂ ਨੇ ਦਰਜ ਕੀਤਾ, ਫਿਰ ਉਹਦੀ ਵਾਰੰਟ ਲਈ ਅਰੈਸਟ ਸੀ। ਪਰ ਫਿਰ ਸੁਰਿੰਦਰ ਸਿੰਘ ਨੂੰ ਪਤਾ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ, ਫਿਰ ਇਹਨਾਂ ਨੇ ਆਪ ਹੀ ਜਾ ਕੇ ਅੰਬਾਲਾ ਡਿਸਟ੍ਰਿਕਟ ਕੋਰਟ ਵਿੱਚ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਸੀ। ਸੋ ਦੇ ਬੀਨ ਇਨ ਪ੍ਰਿਜ਼ਨ ਐਵਰ ਸਿੰਸ। ਉਹਦੇ ਦਿਨ ਉਹ ਜੇਲ੍ਹ ਵਿੱਚ ਨੇ, ਪਰ ਉਹਨਾਂ ਦੀ ਜਿੱਦਾਂ ਮਹੀਨੇ ਪਰ ਮਹੀਨੇ ਜਿੱਦਾਂ ਉਹਨਾਂ ਦੀ ਮਹੀਨਾ ਕੁ ਲਾ ਲਓ ਉਹਨਾਂ ਦੀ ਸੁਣਵਾਈ ਹੁੰਦੀ ਆ। ਪਰ ਸਾਡੀ ਲੀਗਲ ਟੀਮਸ ਮੈਮ ਐਕਸੀਐਮ ਐਡਵੋਕੇਟ ਬਲਬੀਰ ਸਿੰਘ ਅਤੇ ਸਾਡੀ ਐਕ ਐਮ ਕੁਲਵਿੰਦਰ ਕੌਰ, ਫਿਰ ਉਹਨਾਂ ਨੇ ਉਦੇ ਵਿਦ ਐਫ ਦੀ ਹੀਅਰਿੰਗ, ਅਤੇ ਹੁਣ ਉਹਨਾਂ ਦੀ ਅਗਲੀ ਡੇਟ ਉਹਨਾਂ ਨੇ 7 ਜੁਲਾਈ ਦੀ ਦਿੱਤੀ ਹੈ, ਫਿਰ ਉਹਦੇ ਬਾਰੇ ਵੀ ਅਸੀਂ ਅਪਡੇਟ ਦੇਵਾਂਗੇ। ਪਰ ਇਸ ਝੂਠਾ ਕਿਹਾ ਇਸ, ਜਦੋਂ ਤੁਸੀਂ ਆਪਣੀ ਆਵਾਜ਼ ਉਠਾਓ, ਤੁਸੀਂ ਸੱਚ ਸੰਗਤ ਦੇ ਅੱਗੇ ਲੈਣਾ ਚਾਹੁੰਦੇ ਆ ਵੀ ਇਸ ਇਹ ਪੰਜਾਬ ਦਾ ਅਸਲੀ ਹਾਲਤ ਆ, ਇਹ ਚੀਜ਼ਾਂ ਹੋਈਆਂ ਨੇ, ਇਹ ਚੀਜ਼ਾਂ ਹੋ ਰਹੀਆਂ ਨੇ, ਇਹੀ ਉਹਦਾ ਹੱਲ ਹੋਇਆ। ਅਤੇ ਇਹ ਕੋਈ ਪੁਰਾਣਾ ਕੇਸ ਨਹੀਂ, ਮੈਂ ਪਿਛਲੇ ਹਫ਼ਤੇ ਮੈਂ ਪਿਛਲੇ ਟਾਈਮ ਜਦੋਂ ਅਸੀਂ ਸ਼ੋਅ ਵੀ ਕੀਤਾ ਸੀ ਇਸ ਬਾਰੇ ਗੱਲ ਕੀਤੀ ਸੀ ਵੀ ਇੱਕ ਜੋ SOPW ਕੰਮ ਕਰ ਰਿਹਾ ਆ ਸਾਡੇ ਪੁਰਾਣੇ ਸਿੰਘਾਂ ਲਈ ਜੋ ਪਿਛਲੇ 20-15-10 ਸਾਲ ਤੋਂ ਜੇਲ੍ਹ 'ਚ ਬੈਠੇ ਨੇ, ਇੱਕ ਸਾਡਾ ਕੰਮ ਆ ਜੋ ਪਿਛਲੇ 18 ਮਹੀਨਿਆਂ ਵਿੱਚ ਪੰਜਾਬ ਵਿੱਚ ਕਾਫੀ ਸਿਵਲ ਅਨਰੈਸਟ ਹੋਈ ਆ, ਕਾਫੀ ਬੇਅਦਬੀ ਦੀ ਇਸ਼ੂ ਹੋਇਆ, ਕਾਫੀ ਸਿੰਘਾਂ ਨੂੰ ਬਿਨਾਂ ਵਜ੍ਹਾ ਅਰੈਸਟ ਕੀਤਾ ਗਿਆ ਆ। ਹੁਣ ਅਸੀਂ ਪਿਛਲੇ ਹਫ਼ਤੇ ਜਿਹੜੇ 17 ਸਿੰਘ ਅਰੈਸਟ ਹੋਏ ਸੀ ਫੇਸਬੁੱਕ ਕੇਸ 'ਚ, ਤੁਸੀਂ ਫੇਸਬੁੱਕ ਵਿੱਚ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ 'ਤੇ ਕੇਸ ਪਾ ਦਿੱਤਾ ਵੀ ਤੁਸੀਂ ਮਿਲੀਟੈਂਟ ਆ, ਤੁਸੀਂ ਕੋਈ ਮੂਵਮੈਂਟ ਰਿਵਾਈਵਲ ਕਰਨਾ ਚਾਹੁੰਦੇ ਆ। ਹੁਣ ਅਸੀਂ ਪਿਛਲੇ 10 ਦਿਨਾਂ ਵਿੱਚ ਅਸੀਂ EU ਰੈਫਰੈਂਡਮ ਦੀ ਕਿੰਨੀ ਗੱਲ ਕੀਤੀ ਆ, ਬਿਲਕੁਲ। ਹੁਣ ਅਸੀਂ ਕੋਈ ਯੂਰਪ ਦੇ ਖਿਲਾਫ ਹੁਣ ਬੰਦੇ ਹੋ ਗਏ, ਅਸੀਂ ਇੰਗਲੈਂਡ ਦੇ ਖਿਲਾਫ ਬੰਦ ਹੋ ਗਏ ਜੇ ਅਸੀਂ ਰਿਮੇਨ ਕੈਂਪ ਵਿੱਚ ਵੋਟ ਪਾਇਆ। ਸਾਡਾ ਇੱਕ ਡੈਮੋਕਰੈਟਿਕ ਰਾਈਟ ਹੁੰਦਾ, ਸਾਡਾ ਇੱਕ ਫਰੀਡਮ ਐਕਸਪ੍ਰੈਸ਼ਨ ਹੁੰਦਾ ਆ ਵੀ ਜੇ ਸਾਨੂੰ ਲੱਗਦਾ ਵੀ ਅਸੀਂ ਕੋਈ ਚੀਜ਼ ਲਈ ਮੰਗ ਰੱਖਦੇ ਹਾਂ, ਤੁਹਾਡਾ ਹੱਕ ਬਣਦਾ ਵੀ ਤੁਸੀਂ ਉਸ ਚੀਜ਼ ਨੂੰ ਆਵਾਜ਼ ਦੇ ਸਕਦੇ ਹਾਂ। ਇਹ ਰੀਸੈਂਟ ਕੇਸ ਹੁੰਦੇ ਆ। ਸੋ ਸਤਸੰਗ ਜੀ, ਸਿੱਖ ਰਿਲੀਫ ਦਾ ਇੱਕ ਕੋਈ ਕੰਮ ਇਹ ਜਾਰੀ ਰਹੂਗਾ ਜਿਹਨਾਂ 'ਚ ਇੱਕ ਸਾਡੇ ਪੰਜਾਬ ਸਾਡੇ ਸਿੱਖਾਂ ਦਾ ਸਾਡੇ ਭਾਈਚਾਰੇ ਨਾਲ ਇੱਦਾਂ ਦੇ ਇਨਜਸਟਿਸ ਹੁੰਦੀ ਆਈ ਆ, ਸਿੱਖ ਰਿਲੀਫ ਉਹਨਾਂ ਦੇ ਨਾਲ ਖੜ ਰਿਹਾ ਆ, ਕਿਉਂਕਿ ਤੁਸੀਂ ਇੱਕ ਸਿੰਘ ਨੂੰ ਅਰੈਸਟ ਕਰ ਲਓ, ਉਹਨਾਂ ਦਾ ਪੂਰਾ ਪਰਿਵਾਰ ਉੱਥੇ ਖੜ ਜਾਂਦਾ ਆ। ਵੀ ਹੈਵ ਟੂ ਕੀਪ ਦਾ ਮੂਵਿੰਗ। ਸੋ ਵੈਨ ਦਾ ਸਿੰਘ ਹੈਜ਼ ਬੀਨ ਅਰੈਸਟਿਡ, ਹਿਸ ਫੈਮਿਲੀ ਸ਼ੁਡ ਨਾਟ ਹੈਵ ਟੂ ਸਟਾਪ ਬਿਕਾਜ਼ ਹੀ ਹੈਜ਼ ਬੀਨ ਟੇਕਨ ਅਵੇ। ਸੋ ਯੂ ਨੋ ਸਤਸੰਗ ਜੀ, ਅਗੇਨ ਦਿਸ ਇਜ਼ ਥੈਂਕਸ ਟੂ ਯੂ, ਤੁਸੀਂ ਸਾਨੂੰ ਬਹੁਤ ਸਪੋਰਟ ਦਿੰਦੇ ਆ, ਐਂਡ ਯੂ ਨੋ ਦਿਸ ਪ੍ਰੋਗਰੈਸ ਇਸ। ਹੁਣ ਜਿੱਦਾਂ ਹੁਣ ਤੁਸੀਂ ਇਹਨਾਂ ਨੂੰ ਤੁਸੀਂ ਅਰੈਸਟ ਕਰਨਾ ਚਾਹੁੰਦੇ ਸੀ ਸੁਰਿੰਦਰ ਸਿੰਘ ਨੂੰ, ਅਸੀਂ ਲੜਦੇ ਹਾਂ ਕੇਸ, ਸਾਡੇ ਸਿੰਘ ਹੁੰਦੇ ਅਸੀਂ ਲੜਦੇ ਹਾਂ, ਵੀ ਫਾਈਟ ਬੈਕ, ਐਂਡ ਦੈਟਸ ਵਾਟ ਮੇਕ ਸਿੱਖ ਸੋ ਯੂਨੀਕ। ਅਸੀਂ ਹਾਰ ਨਹੀਂ ਮੰਨਣੀ, ਤੁਸੀਂ ਸਾਡੇ ਬੰਦੇ ਤੋਂ 20 ਬੰਦੇ ਅਰੈਸਟ ਕਰ ਲਓ, ਅਸੀਂ ਉੱਥੇ ਵਕੀਲ ਖੜਾ ਕਰਨਾ, ਤੁਸੀਂ ਦੂਸਰੇ ਮਹੀਨੇ 50 ਬੰਦਿਆਂ ਨੂੰ ਅਰੈਸਟ ਕਰੋ, ਸਾਡੀ ਟੀਮ ਉੱਥੇ ਹੋਊਗੀ ਕਿ ਤੁਸੀਂ ਕਿਉਂ ਅਰੈਸਟ ਕੀਤਾ, ਕਿੱਥੇ ਤੁਸੀਂ ਉਹਨੂੰ ਪੇਸ਼ ਕੀਤਾ, ਆ ਲਓ ਇਹਨਾਂ ਦਾ ਵਕੀਲ। So we have a system, and Satsangi ji, we can now look after our panth. You look after our panth in India through Sikh Relief, and thank bilkul, you. Bilkul ji, eh sare kuch ho sakan da kaaran eh hui hai ki todi support lagatar jari hai. ਹਾਂਜੀ, ਹੋਰ ਕੋਈ ਪ੍ਰਿਜ਼ਨਰਸ ਬਾਰੇ ਅਪਡੇਟ ਆਪਣੇ ਕੋਲ? ਹਾਂਜੀ, ਤੇ MG ਦਾ ਸਤਸੰਗ ਜੀ, ਪਿਛਲੇ ਹਫਤੇ ਵਿੱਚ ਤੁਹਾਨੂੰ ਬਹੁਤ ਖੁਸ਼ੀ ਹੋਗੀ ਇਸ ਬਾਰੇ ਇਸ ਗੱਲ ਦੀ ਜਾਣਕਾਰੀ ਲੈਣ ਲਈ ਵੀ ਗੁਰਦੀਪ ਸਿੰਘ ਖਹਿਰਾ ਵੀ ਆਪਣੇ ਦੂਸਰੇ ਪਰੋਲ ਤੇ ਘਰ ਆਏ ਨੇ। ਉਹ ਜਿਹੜੀ ਮੀਟਿੰਗ ਅਸੀਂ ਜਾਖਰ ਸਾਹਿਬ ਨਾਲ ਕੀਤੀ ਸੀ, ਅਸੀਂ ਇਹ ਵੀ ਗੱਲ ਛੇੜੀ ਸੀ, ਕਿਉਂਕਿ ਇਹ ਹੁਣ ਅਸੀਂ ਗੁਰਦੀਪ ਸਿੰਘ ਖਹਿਰੇ ਦਾ ਪ੍ਰੋਸੈਸ ਸ਼ੁਰੂ ਕਰਨਾ ਇਹਨਾਂ ਦੀ ਪ੍ਰੈਮੇਚੁਅਰ ਰਿਲੀਜ਼ ਲਈ, ਐਂਡ ਉਹ ਫਿਰ ਕੰਸੀਡਰੇਸ਼ਨ ਤੁਸੀਂ ਹੋ ਸਕਦੇ ਜਦੋਂ ਤੁਸੀਂ ਰਿਪੋਰਟ ਵਿੱਚ ਲਿਖ ਸਕਦੇ ਵੀ ਇਹ ਸਿੰਘ ਇੰਨੀ ਵਾਰੀ ਬਾਹਰ ਆਏ ਨੇ, ਆਪਣੇ ਪਰਿਵਾਰ ਵਿੱਚ ਰਹੇ ਨੇ, ਇਹਨਾਂ ਦਾ ਬਿਹੇਵੀਅਰ ਸਹੀ ਰਿਹਾ, ਇਹ ਕੋਈ ਮੂਵਮੈਂਟ ਨਹੀਂ ਰਿਵਾਈਵਲ ਕਰਨਾ ਚਾਹੁੰਦੇ, ਇਹ ਬਸ ਆਪਣੇ ਘਰ ਵਿੱਚ ਆਉਣਾ ਚਾਹੁੰਦੇ ਆ। ਫਿਰ ਉਹ ਕਾਫੀ ਖੁਸ਼ ਨੇ, ਉਹ ਹੁਣ ਆਪਣੇ ਇਸ ਵਕਤ ਆਪਣੇ ਪਰਿਵਾਰ ਦੇ ਨਾਲ ਘਰ ਨੇ, ਤੇ ਇਹ ਹੁਣ ਅਸੀਂ ਜਾਰੀ ਰੱਖਣੀ ਆ। ਇਹ ਹੁਣ ਨਾ ਇਹ ਕੰਮ ਜੋ ਅਸੀਂ ਹੁਣ ਕਰ ਰਹੇ ਹਾਂ ਇਹ ਫਿਊਚਰ ਵਿੱਚ ਸਾਡੇ ਲਈ ਕੰਮ ਆਊਗਾ। ਐਂਡ ਆਫਕੋਰਸ ਇੱਕ ਵਾਰੀ ਹੁਣ ਬੰਦੇ ਨੇ 26 ਸਾਲ ਬਾਅਦ ਆਪਣੇ ਪਰਿਵਾਰ ਨਾਲ ਇੱਕ ਮਹੀਨਾ ਸਿਰਫ ਬਿਤਾਇਆ ਸੀ, ਹੁਣ ਅਸੀਂ ਉਹ ਜਿੰਨਾ ਅਸੀਂ ਰੈਗੂਲਰ ਕਰ ਸਕਦੇ ਹਾਂ ਉਹ ਅਸੀਂ ਕਰਨਾ। ਜਿੱਦਾਂ ਭਾਈ ਲਾਲ ਸਿੰਘ ਦੀ ਅਸੀਂ ਪਹਿਲੇ ਹਫ਼ਤੇ ਫਸਟ ਹਾਫ ਦੇ ਸ਼ੋਅ ਵੀ ਗੇਵ ਦੀ ਉਪਦੇਸ਼, ਭਾਈ ਲਾਲ ਸਿੰਘ ਹੀ ਇਜ਼ ਰਿਸੀਵਡ ਓਵਰ 20 ਪਰੋਲਸ ਡਿਊਰਿੰਗ ਹਿਸ ਸੈਂਟੈਂਸ। ਇਹਨਾਂ ਨੂੰ ਘਰ ਵਾਪਸ ਲੈ ਕੇ ਆਉਣਾ, ਆਪਣੇ ਪਰਿਵਾਰ ਨਾਲ ਉਹਨਾਂ ਵਿੱਚ ਵਿਛੜਨਾ, ਉਹਨਾਂ ਦਾ ਇੱਕ ਰੈਕੋਰਡ ਵੀ ਬਣਦਾ ਤੇ ਉਹਨਾਂ ਦੀ ਮਾਨਸਿਕ ਹਾਲ ਵੀ ਠੀਕ ਰਹਿੰਦੀ ਆ ਵੀ ਉਹਦਾ ਪਰਿਵਾਰ ਵਿੱਚ ਉਹਦਾ ਮਿਲਵਰਤ ਹੋਵੇ। ਬਿਲਕੁਲ ਜੀ, ਹੁਣ ਸਿੱਖ ਰਿਲੀਫ ਵੱਲੋਂ ਕੁਛ ਧਰਮ ਪ੍ਰਚਾਰ ਦੇ ਕੰਮ ਵੀ ਕੀਤੇ ਜਾ ਰਹੇ ਨੇ, ਉਹਦੇ ਬਾਰੇ ਸਾਨੂੰ ਥੋੜਾ ਇਨਫੋਰਮੇਸ਼ਨ ਦਿਓ। ਹਾਂਜੀ ਸਤਸੰਗ ਜੀ, ਜਿੱਦਾਂ ਅਸੀਂ ਕਈ ਵਾਰੀ ਅਸੀਂ ਅਪਡੇਟਾਂ ਵਿੱਚ ਦੱਸਿਆ ਵੀ ਹੈ ਤੇ ਆਪਣੀ ਸਾਰੀ ਸੋਸ਼ਲ ਮੀਡੀਆ ਤੇ ਵੀ ਆ ਵੀ ਇਸ ਪ੍ਰੋਜੈਕਟ ਨੂੰ ਅਸੀਂ ਤਾਂ ਹੀ ਚੱਕਿਆ ਸੀ ਕਿਉਂਕਿ ਪੰਜਾਬ ਵਿੱਚ ਬਹੁਤ ਲੋੜ ਆ ਧਰਮ ਪ੍ਰਚਾਰ ਦੀ, ਉਹ ਛੋਟੇ ਛੋਟੇ ਪਿੰਡਾਂ ਵਿੱਚ, ਛੋਟੇ ਛੋਟੇ ਵਿਲੇਜਾਂ ਵਿੱਚ ਜਿੱਥੇ ਕੋਈ ਪ੍ਰਚਾਰਕ ਨਹੀਂ ਪਹੁੰਚ ਸਕਦਾ, ਪ੍ਰਚਾਰਕ ਬਾਬਾ ਸੰਤ ਕੋਈ ਪਹੁੰਚ ਨਹੀਂ ਸਕਦਾ ਉੱਥੇ,
ਉੱਥੇ ਸਾਡੇ ਸਿੱਖ ਨਸ਼ਾਂ ਵਿੱਚ ਫਸੇ ਆ, ਉੱਥੇ ਇੰਪਲੋਇਮੈਂਟ, ਐਜੂਕੇਸ਼ਨ, ਇਹ ਸਾਰੀ ਚੀਜ਼ਾਂ ਬਹੁਤ ਲੋਅ ਨੇ ਜੀ। ਤੇ ਹੁਣ ਫਿਰ ਅਸੀਂ ਬਹੁਤ ਸਿੰਪਲ ਜਿਹੀਆਂ ਚੀਜ਼ਾਂ ਸ਼ੁਰੂਆਂ ਕੀਤੀਆਂ ਹਨ ਇੱਥੇ ਅਸੀਂ ਇੰਗਲੈਂਡ ਵਿੱਚ, ਇੱਥੇ ਹਨ ਸਿੱਖ ਟੂ ਇੰਸਪਾਇਰ ਬੇਸਿਕਸ ਆਫ ਸਿੱਖੀ, ਬਹੁਤ ਸੋਫਿਸਟੀਕੇਟਿਡ ਤਰ੍ਹਾਂ ਦਾ ਪ੍ਰਚਾਰ ਹੁੰਦਾ ਆ, ਲੈਕਚਰਸ ਹੁੰਦੇ ਆ, ਪਰ ਅਸੀਂ ਪੰਜਾਬ ਵਿੱਚ ਯੂ ਹੈਵ ਟੂ ਗੋ ਬੈਕ ਟੂ ਬੇਸਿਕਸ, ਅਸੀਂ ਬਹੁਤ ਸਿੰਪਲੀ ਗਏ ਹਾਂ ਵਾਪਸ, ਪਰ ਉੱਥੇ ਅਸੀਂ ਪਹਿਲਾ ਸਟੈਪ ਆ ਵੀ ਤੁਸੀਂ ਜੀ ਦਸਤਾਰ ਸਿਖਲਾਈ ਕੈਂਪ ਵੀ ਤੁਸੀਂ ਨਾ ਪਹਿਲਾਂ ਆਪਣੀ ਜਿਹਦਾ ਜੀ ਸਿੱਖ ਆਈਡੈਂਟੀ ਹੈ ਤੁਸੀਂ ਉਹਨਾਂ ਪਹਿਲਾਂ ਰਿਲੇਸ਼ਨਸ਼ਿਪ ਬਣਾਓ, ਇੱਕ ਸਿੰਘ ਦਾ ਰੂਪ ਕਿੱਦਾਂ ਹੋਣਾ ਚਾਹੀਦਾ ਹੈ, ਇੱਕ ਸਿੰਘਣੀ ਦਾ ਰੂਪ ਕਿੱਦਾਂ ਹੋਣਾ ਚਾਹੀਦਾ ਹੈ, ਆਪਣੇ ਕੇਸ ਰੱਖਣੇ, ਆਪਣੇ ਆਪਣੀ ਬਿਹੇਵੀਅਰ ਤੇ ਸੰਭਾਲਣ ਰੱਖਣਾ, ਆਪਣਾ ਇਤਿਹਾਸ ਇੰਟਰੋਡਿਊਸ ਕਰਨਾ। ਕੁਛ ਸਮਾਂ ਇਹੋ ਜਿਹਾ ਲੰਘਿਆ ਜਿਹਦੇ ਵਿੱਚ ਖਾਸ ਕਰਕੇ ਛੋਟੇ ਪਿੰਡਾਂ ਦੇ ਬੱਚੇ ਸਿੱਖ ਧਰਮ ਤੋਂ ਦੂਰ ਹੋ ਗਏ, ਤੁਸੀਂ ਉਹ ਟਰਾਈ ਕਰ ਰਹੇ ਕਿ ਉਹਨਾਂ ਨੂੰ ਦੁਬਾਰਾ ਉਹ ਆਈਡੈਂਟੀ ਦਿੱਤੀ ਜਾਵੇ ਕਿ ਤੁਸੀਂ ਸਿੱਖ ਹਾਂ ਜੀ, ਉਹਨਾਂ ਨੂੰ ਫਿਲਮਾਂ ਦਿਖਾਉਣੀ ਜਿੱਦਾਂ ਚਾਰ ਸਾਹਿਬਜ਼ਾਦੇ, ਭਾਈ ਤਾਰੂ ਸਿੰਘ, ਸੁਬੇਗ ਸਿੰਘ, ਸ਼ਬਾਜ਼ ਸਿੰਘ, ਇਹ ਬਹੁਤ ਵਧੀਆ ਸਾਡੀ ਐਮ ਕਮਿਊਨਿਟੀ ਵਿੱਚ ਟੈਕਨੋਲੋਜੀ ਐਡਵਾਂਸ ਹੋਈ ਆ ਤੇ ਇਹ ਪ੍ਰਚਾਰ ਨੌਜਵਾਨ ਕਰਦੇ ਆ, ਸੋ ਦੇ ਵੈਰੀ ਯੰਗ, ਸਾਡੀ ਜਿਹੜੀ ਇੰਡੀਆ ਵਿੱਚ ਵਾਲੰਟੀਅਰ ਇਹ ਜੋ ਕੈਂਪ ਚਲਾਉਂਦੇ ਨੇ ਉਹ ਆਪ ਨੌਜਵਾਨ ਨੇ, ਫਿਰ ਉੱਥੇ ਨਾ ਜਿਹਦਾ ਅਸੀਂ ਸਰਟੀਫਿਕੇਟਸ, ਅਵਾਰਡ ਸਾਰਾ ਕੁਛ ਦਿੰਦੇ ਹਾਂ ਵੀ ਉਹ ਚਾਹ ਉਤਸ਼ਾਹ ਆ ਜਾਵੇ ਸਾਡੇ ਨੌਜਵਾਨ ਪੀੜ੍ਹੀ ਵਿੱਚ, ਕਿਉਂਕਿ ਹੁਣ ਜਿੱਦਾਂ ਸਾਡੀ ਨੌਜਵਾਨ ਪੀੜ੍ਹੀ ਪੰਜਾਬ ਵਿੱਚ ਜਾ ਰਹੀ ਆ, ਇਟਸ ਨਾਟ ਗੋਇੰਗ ਇਨ ਅ ਗੁੱਡ ਡਾਇਰੈਕਸ਼ਨ, ਸਾਡੇ ਵੱਲੋਂ ਇੱਕ ਕੋਸ਼ਿਸ਼ ਆ, ਦਿਲੋਂ ਕੋਸ਼ਿਸ਼ ਆ, ਕਿਉਂਕਿ ਅਸੀਂ ਇੱਥੇ ਇਸ ਛੋਟੇ ਜਿਹੇ ਮੁਲਕ 'ਚ ਦੇਖ ਰਹੇ ਵੀ ਆਰ ਸਪੋਇਲਡ ਹੇਅਰ, ਸਾਡੇ ਕੋਲ ਬਹੁਤ ਕੁਛ ਆ ਇੱਥੇ, ਤੁਸੀਂ ਹਰੇਕ ਗੁਰਦੁਆਰੇ ਕੋਈ ਕੀਰਤਨ ਦਰਬਾਰ, ਕੋਈ ਜਪ ਤਪ ਸਮਾਗਮ, ਕੁਛ ਨਾ ਕੁਛ ਚੱਲਦਾ ਰਹਿੰਦਾ ਆ, ਕਿਸੇ ਦਾ ਵਰਕਸ਼ਾਪ ਹੋ ਗਿਆ, ਤੁਸੀਂ ਪੰਜਾਬੀ ਸਿੱਖ ਲਓ, ਤੁਸੀਂ ਹੋਰ ਵੀ ਭਾਸ਼ਾ, ਤੁਸੀਂ ਸੰਥਿਆ ਵੀ ਕਰ ਸਕਦੇ ਹੋ, ਇੱਥੇ ਬਹੁਤ ਅਪਰਚੁਨਿਟੀਜ਼ ਨੇ, ਉਹ ਹਨ ਅਪਰਚੁਨਿਟੀਜ਼ ਅਸੀਂ ਆਪਣੇ ਪੰਜਾਬ ਭਾਈਚਾਰੇ ਨਾਲ ਵੀ, ਬਿਲਕੁਲ ਮਾਫ ਕਰਨਾ ਮੈਂ ਤੁਹਾਨੂੰ ਰੋਕ ਰਿਹਾ, ਪਰ ਜੇ ਆਪਣੇ ਜਿਹੜੇ ਵਿਊਰਸ ਆ ਦੇਖ ਰਹੇ ਜਿਹੜੇ ਉਹ ਕਿੱਦਾਂ ਇਸ ਸੇਵਾ ਵਿੱਚ ਹਿੱਸਾ ਲੈ ਸਕਦੇ ਹੋ? ਉਹ ਦਿਸ ਮੈਨੀ ਵਾਈਜ਼ ਹੈ ਨਾ, ਜਦੋਂ ਤੁਸੀਂ ਸਾਨੂੰ ਡੋਨੇਟ ਵੀ ਕਰ ਸਕਦੇ ਹੋ, ਜੇ ਤੁਸੀਂ ਆਪਣੇ ਪਿੰਡ ਵਿੱਚ ਇਹਦਾ ਦਾ ਕੈਂਪ ਲਵਾਉਣਾ ਚਾਹੁੰਦੇ ਹੋ, ਤੁਸੀਂ ਜੋ ਹੇਠਾਂ ਤੇ ਨੰਬਰ ਆ ਰਿਹਾ ਤੁਸੀਂ ਉਹਨਾਂ ਤੇ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ, ਜੇ ਤੁਸੀਂ ਆਪਣੇ ਪਿੰਡ ਵਿੱਚ ਵੀ ਲਵਾਉਣਾ ਚਾਹੁੰਦੇ ਹੋ, ਤੇ ਦੱਸ ਦ ਮੇਨ ਵਾਈ ਰੀਲੀ, ਤੁਸੀਂ ਇੱਕ ਕੈਂਪ ਦੀ ਤਰ੍ਹਾਂ ਵੀ ਉੱਥੇ ਜਾਣਗੇ ਨੌਜਵਾਨ ਜਿਹੜੇ ਤੁਸੀਂ ਬੇਟੇ ਬੇਟੀਆਂ ਉੱਥੇ ਜਿਹੜੇ ਮੁੰਡੇ ਕੁੜੀਆਂ ਆਪਣੇ ਉਹ ਜਾਣਗੇ ਤੇ ਉੱਥੇ ਇੱਕ ਕੈਂਪ ਦੀ ਤਰ੍ਹਾਂ ਉੱਥੇ ਦਸਤਾਰ ਸਿਖਲਾਈ ਵੀ ਹੋਵੇਗੀ, ਉੱਥੇ ਫਿਲਮਾਂ ਵੀ ਦਿਖਾਈਆਂ ਜਾਣਗੀਆਂ ਤੇ ਆਪਣੀ ਬੇਸਿਕ ਸਿੱਖੀ ਦਾ ਪ੍ਰਚਾਰ ਹੋਵੇਗਾ। ਹਾਂਜੀ ਹਾਂਜੀ, ਉਹ ਬੇਸਿਕ ਲੈਵਲ ਆਫ ਸਿੱਖੀ ਹੈ ਨਾ, ਤੇ ਹਾਂਜੀ ਉਹ ਜਿਹੜਾ ਹਫਤੇ ਭਰ ਦੇ ਕੈਂਪ ਹੁੰਦੇ ਆ, ਫਿਰ ਦੀ ਐਂਡ ਤੇ ਅਸੀਂ ਨਿਆਣੇ ਨੂੰ ਸਰਟੀਫਿਕੇਟਸ ਦਿੰਦੇ ਆ, ਅਵਾਰਡਸ ਦਿੰਦੇ ਆ, ਮੈਡਲ ਦਿੰਦੇ ਆ, ਫਿਰ ਉਹਨਾਂ ਨੂੰ ਨਾ ਕੋਈ ਨਿਸ਼ਾਨੀ ਰਵੇ ਤੇ ਜੋ ਫਿਰ ਅਸੀਂ ਦੁਬਾਰਾ ਵੀ ਵਿਜ਼ਿਟ ਕਰਦੇ ਹੁੰਦੇ ਆ, ਤੇ ਹਾਂ ਫਿਰ ਸਾਡੇ ਜਿਹੜਾ ਪੰਜਾਬ ਪਿਆਰਿਆਂ ਦਾ ਸੀ ਉਹ ਸੇਵਾ ਅਸੀਂ ਸੰਭਾਲੀ ਸੀ, ਉਹ ਵੀ ਹਮ ਪਿੰਡ ਪਰ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਵਾਉਂਦੇ ਨੇ, ਉਹ ਨਾ ਅਸੀਂ ਆਪਣੀ ਸਿੱਖੀ ਦਾ ਮੁੜ ਕੇ ਉਤਸ਼ਾਹ ਪੈਦਾ ਕਰੀਏ ਉੱਥੇ। ਇਟਸ ਬੀਨ ਵੈਰੀ ਡਾਰਕ ਡੇਜ਼ ਇਨ ਪੰਜਾਬ, ਵੀ ਹੈਵ ਟੂ ਪ੍ਰੋਵਾਈਡ ਅ ਲਾਈਟ ਸਪੈਸ਼ਲੀ ਟੂ ਦ ਕਿਡਸ, ਸਪੈਸ਼ਲੀ ਟੂ ਦ ਨੌਜਵਾਨ ਇਨ ਪੰਜਾਬ ਦ ਮਾਮੋ, ਵੇ ਦੇ ਡੋਂਟ ਸੀ ਦ ਹੋਪ, ਦੇ ਡੋਂਟ ਸੀ ਅ ਫਿਊਚਰ, ਓ ਦੇ ਫਾਈਂਡਿੰਗ ਇਟ ਵੈਰੀ ਹਾਰਡ ਟੂ ਕਨੈਕਟ ਵਿਦ ਸਿੱਖੀ, ਯੂ ਨੋ ਵੀ ਨੀਡ ਟੂ ਸਟਾਰਟ ਆਫ ਵਿਦ ਆਰ ਸਮਾਲ, ਵੈਰੀ ਸਮਾਲ ਸਟੈਪਸ ਵਿਦ ਦਮ। ਬਿਲਕੁਲ ਜੀ ਬਿਲਕੁਲ, ਤੁਸੀਂ ਇਸ ਹਫਤੇ ਦੀਆਂ ਸਾਰੀਆਂ ਅਪਡੇਟ ਸੁਣੀਆਂ, ਤੁਸੀਂ ਦੇਖਿਆ ਕਿਵੇਂ ਆਪਣੇ ਲੀਗਲ ਪ੍ਰਿਜ਼ਨਰਸ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਮਾਫ਼ ਕਰਨਾ ਜਿਹੜੇ ਉਹਨਾਂ ਬਾਰੇ ਕਿੰਨਾ ਕੰਮ ਹੋ ਰਿਹਾ, ਅਤੇ ਖਾਸ ਕਰਕੇ ਜਿਹੜੀ ਸਿੱਖੀ ਦਾ ਪ੍ਰਚਾਰ ਆ ਉਹਦੇ ਲਈ ਕਿੰਨਾ ਕੰਮ ਹੋ ਰਿਹਾ। ਇਸੇ ਤਰ੍ਹਾਂ ਤੁਸੀਂ ਸਿੱਖ ਰਿਲੀਫ ਨੂੰ ਸਪੋਰਟ ਕਰਦੇ ਰਹੋ ਅਤੇ ਦੇਖਦੇ ਰਹੋ ਕਾਲ ਚੈਨਲ, ਮਿਲਦੇ ਹਾਂ ਜੀ ਅਗਲੇ ਹਫਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।